ਇੱਕ ਪਾਸੇ ਜਿੱਥੇ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਤਾਂ ਦੂਜੇ ਪਾਸੇ ਅੱਜ ਸਕੂਲਾਂ ਦੇ ਵਿਦਿਆਰਥੀ ਖੱਜਲ ਖੁਆਰ ਹੋਏ। ਉਹ ਵਿਦਿਆਰਥੀ ਜਿਨ੍ਹਾਂ ਦਾ ਅੱਜ ਪੇਪਰ ਸੀ। ਦੱਸ ਦਈਏ ਕਿ ਬੱਸਾਂ ਬੰਦ ਹੋਣ ਕਰਕੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਟਰੈਕਟਰ ਟਰਾਲੀ, ਇਸ ਟਰਾਲੀ ਦੇ ਵਿੱਚ ਸਕੂਲੀ ਬੱਚੇ ਨੇ ਜਿਨ੍ਹਾਂ ਨੇ ਪੇਪਰ ਦੇਣ ਜਾਣਾ ਹੈ, ਔਰ ਇੱਕ ਸ਼ਖਸ ਦੇ ਵੱਲੋਂ ਆਪਣੀ ਟਰਾਲੀ ਦੇ ਵਿੱਚ ਇਹਨਾਂ ਬੱਚਿਆਂ ਨੂੰ ਪੇਪਰ ਕਰਵਾਉਣ ਦੇ ਲਈ ਸਕੂਲ ਦੇ ਵਿੱਚ ਲਿਜਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਅੱਜ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਹੋਇਆ, ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਨੇ। ਤਾਂ ਦੂਜੇ ਪਾਸੇ ਪੇਪਰ ਦੇਣ ਵਾਲੇ ਵਿਦਿਆਰਥੀ ਮੁਸ਼ਕਲ ਦੇ ਵਿੱਚ ਨੇ, ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈ ਰਿਹਾ, ਕਿਉਂਕਿ ਬੱਸਾਂ ਬੰਦ ਨੇ, ਹੋਰ ਵਾਹਨ ਨੇ ਜਿਹੜੇ ਉਹ ਅੱਗੇ ਨਹੀਂ ਲਿਜਾ ਸਕਦੇ। ਇਸ ਕਰਕੇ ਜਿਹੜੇ ਪਿੰਡਾਂ ਤੋਂ ਬੱਚੇ ਪੜ੍ਹਨ ਦੇ ਲਈ ਸ਼ਹਿਰਾਂ ਦੇ ਵਿੱਚ ਆਉਂਦੇ ਨੇ ਜਾਂ ਆਪਣੇ ਨੇੜਲੇ ਸਕੂਲਾਂ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਔਰ ਟਰਾਲੀ ਦੇ ਵਿੱਚ ਬੈਠ ਕੇ ਬੱਚੇ ਸਕੂਲ ਦੇ ਵਿੱਚ ਪੇਪਰ ਕਰਨ ਗਏ। ਨਹੀਂ, ਮੁਸ਼ਕਲ ਲੱਗਦਾ ਮੈਨੂੰ ਕਿ ਪਹਿਲੇ ਦਿਨ ਨਾਲ ਲੰਬਾ ਚੱਲੂਗਾ ਇਹ। ਬਹੁਤ ਪਰੇਸ਼ਾਨੀ ਹੋ ਰਹੀ ਹੈ। ਹਾਂਜੀ, ਕੋਈ ਸਾਧਨ ਦਾ ਹਿੱਲਾ ਨਹੀਂ ਹੋ ਰਿਹਾ, ਜਾਮ ਲੱਗ ਰਹੇ ਨੇ ਅੱਗੇ, ਕੋਈ ਬੰਦੋਬਸਤ ਨਹੀਂ ਕਰੇ ਹੋਏ ਜੀ, ਇਹ ਸਾਰੇ ਝੂਠ ਨੇ। ਅੱਜ ਸਾਡੇ ਪੇਪਰਾਂ ਦੇ ਧਰਨਾ ਦੇ ਕਾਰਨ ਅਸੀਂ ਟਰਾਲੀਆਂ 'ਤੇ ਜਾ ਰਹੇ ਹਾਂ ਤਾਂ ਕਿ ਸਾਡੇ ਦੇਸ਼ ਭਗਤੀ ਨੂੰ ਕੁਝ ਮਿਲੇ ਕਿ ਬੱਚਿਆਂ ਦਾ ਪੇਪਰ ਹੈ। ਪੇਪਰ ਦਵਾਉਣ ਜਾ ਰਹੇ ਹਾਂ ਜੀ ਯਾਰ ਨੂੰ। ਹਾਂਜੀ, ਕੋਈ ਹਿੱਲਾ ਨਹੀਂ ਕੀਤਾ ਜੀ, ਸਰਕਾਰ ਬੇਕੰਮ ਬੈਠੀ ਹੈ ਜੀ। ਹਰਿਆਣਾ ਸਰਕਾਰ ਨੇ ਬਾਰੀ ਗੇਟ ਲਾ ਰੱਖੇ ਹੈ ਜੀ ਬਹੁਤ। ਹਾਂ, ਜ਼ਿੰਦਗੀ ਦੀ ਨੈੱਟ ਬੰਦ ਪੜੇ ਜੀ ਪੰਜਾਬ 'ਚ, ਨੈੱਟ ਇਹ 10ਵੀਂ ਦੀ ਹੈ ਜੀ। ਹਾਂ, ਥੋੜ੍ਹੀ ਦਿੱਕਤ ਦਾ ਸਾਹਮਣਾ ਸਿਆਣਾ ਪੈਂਦਾ। ਹਾਂਜੀ ਹਾਂਜੀ, ਕੋਈ ਸਰਕਾਰ ਵੱਲੋਂ ਕੋਈ ਦਿੱਕਤ ਗਵਾਈ ਨਹੀਂ ਹੈ ਜੀ। ਹਾਂ ਹਾਂਜੀ ਹਾਂਜੀ, ਜਦੋਂ 9 ਵਜੇ ਚੱਲੇ ਜੀ ਪੇਪਰ ਦਾ ਗੇਟ, ਸ਼ਾਮਾਂ 11 ਵਜੇ ਦਾ ਜੀ। ਇੱਕ ਪਾਸੇ ਜਿੱਥੇ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਤਾਂ ਦੂਜੇ ਪਾਸੇ ਅੱਜ ਸਕੂਲਾਂ ਦੇ ਵਿਦਿਆਰਥੀ ਖੱਜਲ ਖੁਆਰ ਹੋਏ। ਉਹ ਵਿਦਿਆਰਥੀ ਜਿਨ੍ਹਾਂ ਦਾ ਅੱਜ ਪੇਪਰ ਸੀ। ਦੱਸ ਦਈਏ ਕਿ ਬੱਸਾਂ ਬੰਦ ਹੋਣ ਕਰਕੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਟਰੈਕਟਰ ਟਰਾਲੀ, ਇਸ ਟਰਾਲੀ ਦੇ ਵਿੱਚ ਸਕੂਲੀ ਬੱਚੇ ਨੇ ਜਿਨ੍ਹਾਂ ਨੇ ਪੇਪਰ ਦੇਣ ਜਾਣਾ ਹੈ, ਔਰ ਇੱਕ ਸ਼ਖਸ ਦੇ ਵੱਲੋਂ ਆਪਣੀ ਟਰਾਲੀ ਦੇ ਵਿੱਚ ਇਹਨਾਂ ਬੱਚਿਆਂ ਨੂੰ ਪੇਪਰ ਕਰਵਾਉਣ ਦੇ ਲਈ ਸਕੂਲ ਦੇ ਵਿੱਚ ਲਿਜਾਇਆ ਜਾ ਰਿਹਾ। ਤਾਂ ਦੱਸ ਦਈਏ ਕਿ ਅੱਜ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਹੋਇਆ, ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਨੇ। ਤਾਂ ਦੂਜੇ ਪਾਸੇ ਪੇਪਰ ਦੇਣ ਵਾਲੇ ਵਿਦਿਆਰਥੀ ਮੁਸ਼ਕਲ ਦੇ ਵਿੱਚ ਨੇ, ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈ ਰਿਹਾ, ਕਿਉਂਕਿ ਬੱਸਾਂ ਬੰਦ ਨੇ, ਹੋਰ ਵਾਹਨ ਨੇ ਜਿਹੜੇ ਉਹ ਅੱਗੇ ਨਹੀਂ ਲਿਜਾ ਸਕਦੇ। ਇਸ ਕਰਕੇ ਜਿਹੜੇ ਪਿੰਡਾਂ ਤੋਂ ਬੱਚੇ ਪੜ੍ਹਨ ਦੇ ਲਈ ਸ਼ਹਿਰਾਂ ਦੇ ਵਿੱਚ ਆਉਂਦੇ ਨੇ ਜਾਂ ਆਪਣੇ ਨੇੜਲੇ ਸਕੂਲਾਂ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਔਰ ਟਰਾਲੀ ਦੇ ਵਿੱਚ ਬੈਠ ਕੇ ਬੱਚੇ ਸਕੂਲ ਦੇ ਵਿੱਚ ਪੇਪਰ ਕਰਨ ਗਏ। ਨਹੀਂ, ਮੁਸ਼ਕਲ ਲੱਗਦਾ ਮੈਨੂੰ ਕਿ ਪਹਿਲੇ ਦਿਨ ਨਾਲ ਲੰਬਾ ਚੱਲੂਗਾ ਇਹ। ਬਹੁਤ ਪਰੇਸ਼ਾਨੀ ਹੋ ਰਹੀ ਹੈ। ਹਾਂਜੀ, ਕੋਈ ਸਾਧਨ ਦਾ ਹਿੱਲਾ ਨਹੀਂ ਹੋ ਰਿਹਾ, ਜਾਮ ਲੱਗ ਰਹੇ ਨੇ ਅੱਗੇ, ਕੋਈ ਬੰਦੋਬਸਤ ਨਹੀਂ ਕਰੇ ਹੋਏ ਜੀ, ਇਹ ਸਾਰੇ ਝੂਠ ਨੇ। ਅੱਜ ਸਾਡੇ ਪੇਪਰਾਂ ਦੇ ਧਰਨਾ ਦੇ ਕਾਰਨ ਅਸੀਂ ਟਰਾਲੀਆਂ 'ਤੇ ਜਾ ਰਹੇ ਹਾਂ ਤਾਂ ਕਿ ਸਾਡੇ ਦੇਸ਼ ਭਗਤੀ ਨੂੰ ਕੁਝ ਮਿਲੇ ਕਿ ਬੱਚਿਆਂ ਦਾ ਪੇਪਰ ਹੈ। ਪੇਪਰ ਦਵਾਉਣ ਜਾ ਰਹੇ ਹਾਂ ਯਾਰ ਨੂੰ। ਹਾਂਜੀ, ਕੋਈ ਹਿੱਲਾ ਨਹੀਂ ਕੀਤਾ ਜੀ, ਸਰਕਾਰ ਬੇਕੰਮ ਬੈਠੀ ਹੈ ਜੀ। ਹਰਿਆਣਾ ਸਰਕਾਰ ਨੇ ਬਾਰੀ ਗੇਟ ਲਾ ਰੱਖੇ ਹੈ ਜੀ ਬਹੁਤ।
ਹਾਂ ਜ਼ਿੰਦਗੀ ਦੀ ਨੈੱਟ ਏ ਨੈੱਟ ਬੰਦ ਪੜੇ ਜੀ ਪੰਜਾਬ 'ਚ ਨੈੱਟ ਇਹ 10ਵੀਂ ਦੀ ਹੈ ਜੀ ਹਾਂ ਥੋੜ੍ਹੀ ਥੋੜ੍ਹੀ ਦਿੱਕਤ ਦਾ ਸਾਹਮਣਾ ਸਿਆਣਾ ਪੈਂਦਾ ਹਾਂਜੀ ਹਾਂਜੀ ਕੋਈ ਸਰਕਾਰ ਵੱਲੋਂ ਕੋਈ ਦਿੱਕਤ ਗਵਾਈ ਨਹੀਂ ਹੈ ਜੀ ਹਾਂ ਹਾਂਜੀ ਹਾਂਜੀ ਜਦੋਂ 9 ਵਜੇ ਚੱਲੇ ਜੀ ਪੇਪਰ ਦਾ ਸਮਾਂ 11 ਵਜੇ ਦਾ ਜੀ